ਨਮਸਕਾਰ, ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਪੰਜਾਬ। ਦਿਨ ਭਰ ਦੇ ਇਸ ਬੁਲੇਟਿਨ ਦੇ ਵਿੱਚ ਤੁਹਾਡਾ ਸਵਾਗਤ ਹੈ। ਇਸ ਬੁਲੇਟਿਨ ਦੇ ਵਿੱਚ ਪੰਜਾਬ ਦੀਆਂ ਅਸੀਂ ਵੱਡੀਆਂ ਖਬਰਾਂ ਸ਼ਾਮਿਲ ਕਰਕੇ ਉਹਦੇ 'ਤੇ ਥੋੜ੍ਹੀ ਬਹੁਤ ਚਰਚਾ ਕਰਦੇ ਹਾਂ। ਅੱਜ ਲੋਕ ਸਭਾ ਦੇ ਵਿੱਚ ਪੰਜਾਬ ਦੇ ਚੁਣੇ ਗਏ ਸੰਸਦਾਂ ਦੀ ਵਾਰੀ ਸੀ ਸਹੁੰ ਚੁੱਕਣ ਦੀ। ਅੱਜ ਸਾਰੇ ਹੀ 12 ਸੰਸਦਾਂ ਨੇ ਇੱਕ ਇੱਕ ਕਰਕੇ ਲੋਕ ਸਭਾ ਦੇ ਵਿੱਚ ਸਹੁੰ ਚੁੱਕ ਲਈ। ਆਮ ਆਦਮੀ ਪਾਰਟੀ ਜਿਹੜੇ 3 ਸਾਂਸਦ ਸਨ ਉਹਨਾਂ ਨੇ ਜਦੋਂ ਸਹੁੰ ਚੁੱਕੀ ਤਾਂ ਜਦੋਂ ਉਹ ਸੰਸਦ ਤੋਂ ਬਾਹਰ ਆਏ ਤਾਂ ਬਾਕਾਇਦਾ CM ਭਗਵੰਤ ਮਾਨ ਨੇ ਉਹਨਾਂ ਨੂੰ ਵਧਾਈ ਦਿੱਤੀ ਅਤੇ ਪਿੱਠ ਠੋਕ ਕੇ ਹੱਲਾਸ਼ਾਹੀ ਦਿੱਤੀ ਕਿ ਪਾਰਟੀ ਦੇ ਲਈ ਹੁਣ ਸਭ ਤੋਂ ਵੱਡਾ ਚੈਲੇਂਜ ਇਹ ਹੈ ਕਿ ਉਹ ਪੰਜਾਬ ਦੇ ਮੁੱਦੇ ਲੋਕ ਸਭਾ ਦੇ ਵਿੱਚ ਪੂਰੇ ਜ਼ੋਰ ਸ਼ੋਰ ਨਾ ਚੁੱਕਣ। ਇਸੇ ਤਰ੍ਹਾਂ ਕਾਂਗਰਸ ਦੇ ਜਿਹੜੇ ਸੰਸਦ ਸੀਗੇ ਉਹਨਾਂ ਨੇ ਵੀ ਵਾਰੀ ਵਾਰੀ ਵਾਰ ਕਰਕੇ ਸਹੁੰ ਚੁੱਕੀ। ਗੁਰਦਾਸਪੁਰ ਤੋਂ ਸੁਖਜਿੰਦਰ ਸਿੰਘ ਰੰਧਾਵਾ, ਅੰਮ੍ਰਿਤਸਰ ਤੋਂ ਗੁਰਜੀਤ ਔਜਲਾ, ਲੁਧਿਆਣਾ ਤੋਂ ਰਾਜਾ ਵੜਿੰਗ, ਫਤਿਹਗੜ੍ਹ ਸਾਹਿਬ ਤੋਂ ਡਾਕਟਰ ਅਮਰ ਸਿੰਘ, ਇਹਨਾਂ ਸਾਰਿਆਂ ਨੇ ਇੱਕ ਇੱਕ ਕਰਕੇ ਸਹੁੰ ਚੁੱਕੀ ਅਤੇ ਸੰਵਿਧਾਨ ਦੀ ਸਹੁੰ ਖਾਧੀ ਕਿ ਉਹ ਦੇਸ਼ ਅਤੇ ਆਪਣੇ ਸੂਬੇ ਵਾਸਤੇ ਪੂਰੀ ਤਨਦੇਹੀ ਨਾਲ ਕੰਮ ਕਰਨਗੇ। ਇਸ ਵਾਰ ਪੰਜਾਬ ਤੋਂ ਆਮ ਆਦਮੀ ਪਾਰਟੀ ਦੇ 3 ਸੰਸਦ ਚੁਣੇ ਗਏ ਨੇ। ਸੰਗਰੂਰ ਤੋਂ ਚੁਣੇ ਗਏ ਨੇ ਗੁਰਮੀਤ ਸਿੰਘ ਮੀਥੇਰ, ਆਨੰਦਪੁਰ ਸਾਹਿਬ ਤੋਂ ਚੁਣੇ ਗਏ ਨੇ ਮਾਲਵਿੰਦਰ ਸਿੰਘ ਕੰਗ ਅਤੇ ਹੁਸ਼ਿਆਰਪੁਰ ਤੋਂ ਚੁਣੇ ਗਏ ਨੇ ਡਾਕਟਰ ਰਾਜ ਕੁਮਾਰ ਚੱਬੇਵਾਲ। ਇਹ 3 ਸੰਸਦਾਂ ਨੇ ਅੱਜ ਸਹੁੰ ਚੁੱਕੀ। ਜਦੋਂ ਬਾਹਰ ਆਏ ਤਾਂ ਭਗਵੰਤ ਮਾਨ ਨੇ, ਯਾਨੀ CM ਭਗਵੰਤ ਮਾਨ ਨੇ ਇਹਨਾਂ ਨੂੰ ਵਧਾਈ ਦਿੱਤੀ। ਅੱਜ ਲੋਕ ਸਭਾ 'ਚ ਜਦੋਂ ਪੰਜਾਬ ਦੇ ਸੰਸਦ ਸਹੁੰ ਚੁੱਕ ਰਹੇ ਸੀ ਤਾਂ ਸਭ ਤੋਂ ਵੱਡੀ ਖਬਰ ਜਿਹੜੀ ਨਿਕਲ ਕੇ ਸਾਹਮਣੇ ਆਈ ਉਹ ਇਹ ਕਿ ਖਡੂਰ ਸਾਹਿਬ ਤੋਂ ਜਿਹੜੇ MP ਚੁਣੇ ਗਏ ਨੇ ਸਭ ਤੋਂ ਵੱਧ ਵੋਟਾਂ ਨਾਲ, 1,90,000 ਤੋਂ ਵੱਧ ਵੋਟਾਂ ਨਾਲ ਜਿੱਤੇ ਅੰਮ੍ਰਿਤਪਾਲ ਸਿੰਘ ਸਹੁੰ ਨਹੀਂ ਚੁੱਕ ਸਕੇ। ਦਰਅਸਲ ਜਦੋਂ ਉਹਨਾਂ ਦਾ ਨਾਮ ਪੁਕਾਰਿਆ ਗਿਆ ਤਾਂ ਉਹ ਸੰਸਦ ਤੋਂ ਗੈਰ ਹਾਜ਼ਰ ਸਨ, ਇਸ ਲਈ ਕਿ ਉਹ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਬੰਦ ਨੇ, NSA ਉਹਨਾਂ 'ਤੇ ਲੱਗਾ ਹੋਇਆ। ਹੁਣ ਉਹ ਕਦੋਂ ਸਹੁੰ ਚੁੱਕਦੇ ਨੇ ਇਹ ਖਬਰ ਆਏਗੀ, ਲੇਕਿਨ ਕਿਹਾ ਜਾ ਰਿਹਾ ਕਿ ਜੁਲਾਈ ਦੇ ਪਹਿਲੇ ਹਫ਼ਤੇ ਦੇ ਵਿੱਚ ਅੰਮ੍ਰਿਤਪਾਲ ਸਿੰਘ ਨੂੰ ਸਹੁੰ ਚੁਕਾਈ ਜਾ ਸਕਦੀ ਹੈ। CM ਭਗਵੰਤ ਮਾਨ ਦੇ ਦਿਸ਼ਾ ਨਿਰਦੇਸ਼ਾਂ 'ਤੇ ਪੰਜਾਬ ਪੁਲਿਸ ਲਗਾਤਾਰ ਨਸ਼ਾ ਤਸਕਰਾਂ ਦੇ ਖਿਲਾਫ਼ ਸਖ਼ਤੀ ਵਰਤ ਰਹੀ ਹੈ। ਅੱਜ ਵੀ ਕਈ ਥਾਵਾਂ 'ਤੇ ਛਾਪੇਮਾਰੀ ਕੀਤੀ ਗਈ ਅਤੇ ਫੋਲਾ ਫੋਲੀ ਕੀਤੀ ਗਈ। ਇਸ ਦੌਰਾਨ ਕਈ ਥਾਵਾਂ 'ਤੇ ਕਈ ਟੀਮਾਂ ਨੇ ਜਾ ਕੇ ਘਰਾਂ ਦੀ ਤਲਾਸ਼ੀ ਲਈ, ਕਈ ਵਾਹਨਾਂ ਦੀ ਤਲਾਸ਼ੀ ਕੀਤੀ ਗਈ। ਪੰਜਾਬ ਪੁਲਿਸ ਇਸ ਵਕਤ ਨਸ਼ੇ ਨੂੰ ਲੈ ਕੇ ਕਾਫੀ ਸਰਗਰਮ ਨਜ਼ਰ ਆ ਰਹੀ ਹੈ ਅਤੇ ਪਿੰਡ ਲੈਵਲ ਦੀ ਗੱਲਬਾਤ ਕੀਤੀ ਜਾਵੇ ਤਾਂ ਪਿੰਡਾਂ ਵਿੱਚ ਵੀ ਪੁਲਿਸ ਦੀ ਰੇਡਸ ਜਿਹੜੀਆਂ ਨੇ ਇਸ ਵਕਤ ਜ਼ੋਰਾਂ ਸ਼ੋਰਾਂ ਚੱਲ ਰਹੀਆਂ ਨੇ। ਕਈ ਲੋਕ ਜਿਹੜੇ ਨੇ ਘਰ ਛੱਡ ਭੱਜ ਚੁੱਕੇ ਨੇ, ਜਿਨ੍ਹਾਂ ਦੇ ਉੱਤੇ ਪੁਲਿਸ ਦੀ ਨਿਗਾਹ ਸੀਗੀ, ਤਾਂ ਇਸ ਵਕਤ ਵੀ ਇੱਕ ਅਜਿਹੇ ਘਰ ਵਿੱਚ ਮੌਜੂਦ ਆ ਜਿੱਥੇ ਕਿ ਹਾਲ ਦੀ ਘੜੀ ਪੁਲਿਸ ਪਹੁੰਚੀ ਹੈ, ਪਰ ਕੋਈ ਵੀ ਵਿਅਕਤੀ ਇੱਥੇ ਮੌਜੂਦ ਇਸ ਵਕਤ ਨਹੀਂ ਦਿਖਾਈ ਦੇ ਰਿਹਾ। ਤਸਵੀਰਾਂ ਤੁਸੀਂ ਵੇਖ ਸਕਦੇ, ਪੁਲਿਸ ਵੱਲੋਂ ਸਰਚ ਓਪਰੇਸ਼ਨ ਜਿਹੜਾ ਹੈ ਉਹ ਚਲਾਇਆ ਜਾ ਰਿਹਾ ਅਤੇ ਪਰ ਘਰ ਦੇ ਜਿਹੜੇ ਮਾਲਕ ਨੇ ਉਹ ਇੱਥੋਂ ਨਿਰਧਾਰਤ ਨੇ, ਇੱਥੇ ਮੌਜੂਦ ਨਹੀਂ ਨੇ। ਹਾਲਾਂਕਿ ਪੁਲਿਸ ਵੱਲੋਂ ਜਿਹੜਾ ਹੈਗਾ ਅਚਨਚੇਤ ਚੈਕਿੰਗ ਜਿਹੜੀ ਕੀਤੀ ਗਈ ਹੈ, ਸਰਪ੍ਰਾਈਜ਼ ਚੈਕਿੰਗ ਇਸ ਨੂੰ ਕਹਿ ਸਕਦੇ ਹਾਂ ਆਪਾਂ। ਪਹਿਲੇ ਸ਼ਹਿਰਾਂ ਦੇ ਨਾਲ ਜਿਹੜੀ ਕਲੋਨੀਆਂ ਸੀਗਾ ਜਿਹਨਾਂ ਨੂੰ ਹੋਟਸਪੋਟ ਕਿਹਾ ਜਾਂਦਾ ਸੀਗਾ, ਉੱਥੇ ਪੁਲਿਸ ਦਾ ਜਿਹੜਾ ਹੈਗਾ ਤਗੜਾ ਓਪਰੇਸ਼ਨ ਵੇਖਣ ਨੂੰ ਮਿਲਿਆ ਸੀਗਾ। ਉਸ ਤੋਂ ਬਾਅਦ ਪਿੰਡਾਂ ਦੀ ਗੱਲ ਕੀਤੀ ਜਾਵੇ ਤਾਂ ਪਿੰਡ ਲੈਵਲ 'ਤੇ ਇਸ ਵਕਤ ਇਸ ਤਰੀਕੇ ਦੀ ਚੈਕਿੰਗਸ ਜਿਹੜੀਆਂ ਨੇ ਉਹ ਚੱਲ ਰਹੀਆਂ ਨੇ। ਤਾਂ ਤਸਵੀਰਾਂ ਇਸ ਵਕਤ ਤੁਸੀਂ ਫਰੀਦਕੋਟ ਦੀਆਂ ਵੇਖ ਰਹੇ ਹੋ, ਫਰੀਦਕੋਟ ਦਾ ਪਿੰਡ ਪੱਕਾ ਹੈ ਜਿੱਥੋਂ ਦੀਆਂ ਤਸਵੀਰਾਂ ਤੁਸੀਂ ਵੇਖ ਰਹੇ ਹੋ, ਜਿੱਥੇ ਕਿ ਪਿੰਡ ਲੈਵਲ 'ਤੇ ਇਸ ਵਕਤ ਪੁਲਿਸ ਜਿਹੜੀ ਹੈਗੀ ਹੈ ਉਹ ਕਾਰਵਾਈ ਕਰ ਰਹੀ ਹੈ ਅਤੇ ਜੋ ਨਸ਼ੇ ਦੇ ਤਸਕਰ ਨੇ, ਨਸ਼ੇ ਦੇ ਸੁਦਾਗਰ ਨੇ, ਉਹਨਾਂ ਨੂੰ ਫੜਨ ਦੇ ਲਈ ਲਗਾਤਾਰ ਕਾਰਵਾਈ ਪੁਲਿਸ ਇੱਥੇ ਕਰਦੀ ਨਜ਼ਰ ਆ ਰਹੀ ਹੈ। ਤਾਂ
ਮੈਡਮ ਜੋਗਿੰਦਰ ਸਾਡੇ ਨਾਲ ਮੌਜੂਦ ਨੇ। ਮੈਡਮ, ਪਿੰਡ ਪਿੰਡ ਲੈਵਲ 'ਤੇ ਕਿਸ ਤਰੀਕੇ ਦਾ ਇਸ ਵਕਤ ਦੇਖਣ ਨੂੰ ਮਿਲ ਰਿਹਾ ਹਾਲਾਤ? ਜਿਹੜੀਆਂ ਮਾਨਯੋਗ ਡੀ ਜੀ ਪੀ ਸਾਹਿਬ ਦੀਆਂ ਹਦਾਇਤਾਂ ਦੇ ਅਕੋਰਡਿੰਗ, ਮਾਨਯੋਗ ਐਸ ਐਸ ਪੀ ਸਾਹਿਬ ਦੀਆਂ ਹਦਾਇਤਾਂ ਦੇ ਅਕੋਰਡਿੰਗ ਜਿਹੜੇ ਨਸ਼ਾ ਵੇਚਣ ਵਾਲੇ ਆ, ਡਰੱਗ ਪੈਡਲਰਸ ਆ, ਉਹਨਾਂ 'ਤੇ ਪ੍ਰੋਪਰ ਰੇਡ ਕੀਤੇ ਜਾ ਰਹੇ ਆ। ਰਿਕਵਰੀ ਹੁੰਦੀ ਹੈ ਤਾਂ ਉਹਨੂੰ ਪ੍ਰੋਪਰ ਪਰਚਾ ਵਗੈਰਾ ਦਿੱਤਾ ਜਾਂਦਾ ਹੈ। ਹਾਂਜੀ, ਬਹੁਤ ਸਾਰੇ ਲੋਕ ਮੈਡਮ ਜਿਸ ਤਰੀਕੇ ਪਹਿਲੇ ਵੀ ਇੱਕ ਦੋ ਘਰ ਵੇਖੇ, ਆਹ ਵੀ ਦੇਖੇ, ਲੋਕ ਤੁਹਾਡੇ ਆਉਣ ਤੋਂ ਪਹਿਲੇ ਹੀ ਇੱਥੋਂ ਮੌਜੂਦ ਨਹੀਂ ਨੇ, ਫਰਾਰ ਨੇ? ਹਾਂਜੀ, ਇਹ ਸਾਡੀਆਂ ਪ੍ਰੋਪਰ ਜਿਹੜੀਆਂ ਰੇਡਸ ਚੱਲ ਰਹੀਆਂ ਅਤੇ ਜਿਹੜੇ ਨਸ਼ੇੜੀ ਆ, ਨਸ਼ਾ ਵੇਚਣ ਵਾਲੇ ਆ, ਇਹ ਆਪਣੇ ਘਰ ਛੱਡ ਕੇ ਜਾ ਚੁੱਕੇ ਆ। ਹਾਂਜੀ, ਇਸ ਤਰ੍ਹਾਂ ਹੀ ਨਸ਼ੇ ਨੂੰ ਜਿਹੜਾ ਖਤਮ ਕਰਨਾ ਹੈ ਅਸੀਂ, ਅਤੇ ਜਿਹੜਾ ਪ੍ਰੋਪਰ ਰੇਡਸ ਕਰਨੀ ਆ ਤਾਂ ਕਿ ਉਹ ਇੱਥੇ ਏਰੀਆ ਛੱਡ ਕੇ ਨਿਕਲ ਸਕਣ। ਹਾਂਜੀ, ਰਿਸਪੋਂਸ ਕਿਹੋ ਜਿਹਾ ਮਿਲ ਰਿਹਾ ਇਸ ਤਰੀਕੇ ਦੀ ਰੇਡਸ ਜਿਹੜੀਆਂ ਪਹਿਲੇ ਸ਼ਹਿਰ ਦੇ ਨਾਲ ਜਿਹੜੀ ਕਲੋਨੀਆਂ ਸੀਗੀਆਂ, ਜੋ ਹੋਟਸਪੋਟ ਸੀਗੇ, ਉੱਥੇ ਪੁਲਿਸ ਦੀ ਨਜ਼ਰ ਸੀਗੀ, ਹੁਣ ਜਿਸ ਤਰੀਕੇ ਪਿੰਡ ਪਿੰਡ ਲੈਵਲ 'ਤੇ ਕਾਰਵਾਈ ਚੱਲ ਰਹੀ ਹੈ, ਇਸ ਨਾਲ ਕਿਸ ਤਰੀਕੇ ਦੀ ਰਿਸਪੋਂਸ ਮਿਲ ਰਿਹਾ? ਦੇਖੋ, ਸਾਨੂੰ ਪਬਲਿਕ ਦਾ ਹੀ ਬਹੁਤ ਵਧੀਆ ਰਿਸਪੋਂਸ ਮਿਲ ਰਿਹਾ। ਪਬਲਿਕ ਇਸ ਕੰਮ ਤੋਂ ਖੁਸ਼ ਆ ਵੀ ਜਿਹੜਾ ਨਸ਼ੇ ਲਈ ਇੱਕ ਸਟੈਪ ਜਿਹੜਾ ਚੱਕਿਆ ਗਿਆ ਖਤਮ ਕਰਨ ਲਈ, ਵੀ ਜਿਹੜਾ ਇੱਕ ਛੋਟੇ ਲੈਵਲ ਤੋਂ ਲੈ ਕੇ ਉੱਪਰ ਤੱਕ ਜਿਹੜਾ ਨਸ਼ਾ ਖਤਮ ਕੀਤਾ ਜਾ ਸਕੇ। ਤਾਂ ਉਹ ਕਿਸ ਤਰੀਕੇ ਦੀ ਰੂਪਰੇਖਾ ਬਣਾਈ ਗਈ ਹੈ, ਕਿਸ ਤਰੀਕੇ ਦਾ ਇੱਕ ਰਣਨੀਤੀ ਤੈਅ ਕੀਤੀ ਗਈ ਹੈ ਕਿ ਪਿੰਡ ਪਿੰਡ ਲੈਵਲ 'ਤੇ ਕੋਈ ਟਾਈਮ ਰੱਖਿਆ ਗਿਆ ਕਿ ਕੁਛ, ਕਿ ਸਭ ਕੁਛ ਗੁਪਤ ਤਰੀਕੇ ਨਾਲ ਚੱਲ ਰਿਹਾ? ਇਹ ਸਭ ਕੁਛ ਗੁਪਤ ਤਰੀਕੇ ਨਾਲ ਚੱਲ ਰਿਹਾ ਜੀ। ਕੋਈ ਪਤਾ ਨਹੀਂ ਕਦੋਂ ਅਸੀਂ ਕਿੱਥੇ ਯੂਨੀਫਾਰਮ 'ਚ ਜਾਂ ਸਿਵਲ 'ਚ ਜਾਂ, ਬਸ ਨਸ਼ੇ ਨੂੰ ਖਤਮ ਕਰਨਾ ਹੀ ਸਾਡਾ ਮੇਨ ਮੋਟਿਵ ਹੈ ਜੀ। ਲੋਕ ਕਿਸ ਤਰੀਕੇ ਸਹਿਯੋਗ ਕਰ ਸਕਦੇ ਪੁਲਿਸ ਦਾ? ਲੋਕ ਸਹਿਯੋਗ ਕਰ ਰਹੇ ਨੇ ਜਿਸ ਤਰੀਕੇ ਪਿੰਡ ਪਿੰਡ ਜਾ ਰਹੇ ਹੋ, ਦੱਸਦੇ ਲੋਕ ਵੀ ਸਾਡੇ ਪਿੰਡ ਆਹ ਵਿਅਕਤੀ ਹੈਗਾ ਜਾਂ ਇਹ ਹੈਗਾ? ਪ੍ਰੋਪਰ ਲੋਕ ਸਹਿਯੋਗ ਕਰ ਰਹੇ ਆ। ਚਲੋ, ਮੈਂ ਇੱਥੇ ਸਾਹਮਣੇ ਸ਼ੋਅ ਨਹੀਂ ਕਰਨਾ ਚਾਹੁੰਦੀ, ਇੱਥੇ ਹੀ ਮੈਨੂੰ ਕਈ ਲੋਕ ਮਿਲੇ ਕਿ ਮੈਡਮ ਤੁਸੀਂ ਆਪਣਾ ਨੰਬਰ ਦੇ ਕੇ ਜਾਓ ਜੀ, ਇੱਥੇ ਆਹ ਹੋ ਰਿਹਾ, ਅਸੀਂ ਤੁਹਾਨੂੰ ਪ੍ਰੋਪਰ ਕਾਲ ਕਰਾਂਗੇ। ਅਤੇ ਇਸ ਚੀਜ਼ ਦੀ ਮੈਨੂੰ ਵੀ ਬਹੁਤ ਖੁਸ਼ੀ ਹੈ ਵੀ ਮੈਨੂੰ ਪਬਲਿਕ ਵੱਲੋਂ ਬਹੁਤ ਵਧੀਆ ਰਿਸਪੋਂਸ ਮਿਲ ਰਿਹਾ ਜੀ। ਤਾਂ ਬਿਲਕੁਲ, ਇਹ ਤਸਵੀਰ ਜਿਹੜੀ ਹੈਗੀ ਹੈ ਫਰੀਦਕੋਟ ਦੀ ਹੈਗੀ ਹੈ, ਜਿੱਥੇ ਕਿ ਇਸ ਵਕਤ ਪੁਲਿਸ ਦੀ ਰੇਡ ਚੱਲ ਰਹੀ ਸੀਗੀ ਪੂਰੇ ਇਲਾਕੇ ਵਿੱਚ। ਇਸ ਘਰ ਦੀ ਗੱਲ ਕੀਤੀ ਜਾਵੇ, ਇੱਥੋਂ ਵੀ ਪੁਲਿਸ ਦੇ ਆਉਣ ਤੋਂ ਪਹਿਲਾਂ ਜਿਹੜਾ ਹੈਗਾ ਘਰ ਖਾਲੀ ਮਿਲਿਆ, ਅਤੇ ਦੂਜਾ ਘਰ ਜਿਹੜਾ ਸੀਗਾ ਉੱਥੇ ਵੀ ਜਿਸ ਵਿਅਕਤੀ ਦੇ ਪੁਲਿਸ ਨੂੰ ਸ਼ੱਕ ਸੀਗਾ ਉਸਦੇ ਘਰੇ ਗਏ ਤਾਂ ਉਹ ਵਿਅਕਤੀ ਵੀ ਇੱਥੋਂ ਫਰਾਰ ਦਿਖਾਈ ਦਿੱਤਾ। ਇਸੇ ਤਰੀਕੇ ਦੀ ਤਸਵੀਰਾਂ ਜਿਹੜੇ ਬਠਿੰਡੇ ਦੇਖਣ ਨੂੰ ਮਿਲੀਆਂ ਸੀਗੀਆਂ, ਜਿੱਥੇ ਕਿ ਇਸ ਵਕਤ ਪੁਲਿਸ ਦੇ ਡਰ ਤੋਂ ਜਿਹੜੇ ਨਸ਼ੇ ਦੇ ਸੁਦਾਗਰ ਨੇ ਉਹ ਆਪਣੇ ਘਰ ਛੱਡ ਛੱਡ ਕੇ ਜਾਣ ਲਈ ਮਜਬੂਰ ਹੋ ਗਏ। ਕੁਛ ਲੋਕ ਜਿਹੜੇ ਇੱਥੋਂ ਦੇ ਬਜ਼ੁਰਗ ਸਾਡੇ ਨਾਲ ਮੌਜੂਦ ਨੇ। ਹਾਂਜੀ, ਕੀ ਨਾਮ ਅੰਕਲ ਜੀ? ਸੁਖਦੇਵ ਸਿੰਘ ਜੀ। ਸੁਖਦੇਵ ਜੀ, ਕਿਵੇਂ ਦਾ ਲੱਗਦਾ ਹੈ ਹੁਣ ਪੁਲਿਸ ਜਿਵੇਂ ਕਾਰਵਾਈ ਕਰ ਰਹੀ ਹੈ? ਜੀ, ਇਹਨਾਂ ਦੀ ਮਦਦ ਕਰ ਰਹੇ, ਪੁੱਛ ਕੇ ਵੇਖ ਲਓ, ਪਹਿਲਾਂ ਹੀ ਦੱਸ ਚੁੱਕੇ ਤਾਂ। ਹਾਂਜੀ, ਠੀਕ ਹੈ ਜੀ। ਲੱਗਦਾ ਪੂਰਾ ਪਿੰਡ 'ਚ ਵੀ ਨਸ਼ਾ ਖਤਮ ਹੋ ਜੂਗਾ? ਹਾਂਜੀ ਹਾਂਜੀ, ਕਰਨਾ ਪਊਗਾ, ਤੁਸੀਂ ਮਦਦ ਕਰਦੇ ਸਾਰੇ ਜਣੇ, ਤੇ ਅਸੀਂ ਵੀ ਰਲ ਕੇ ਕਰਾਂਗੇ ਤੁਹਾਡੀ ਮਦਦ। ਇਹ ਮਾਨਯੋਗ ਸਰਕਾਰ ਦੀਆਂ ਹਦਾਇਤਾਂ ਦੇ ਮੁਤਾਬਕ ਜਿਹੜਾ ਅਸੀਂ ਪ੍ਰੋਪਰ ਨਸ਼ੇ ਦੇ ਰਿਗਾਰਡਿੰਗ ਰੇਡ ਕਰ ਰਹੇ ਹਾਂ। ਹਾਂਜੀ, ਤੇ ਕਿਸ ਤਰ੍ਹਾਂ ਦੀ ਤੁਹਾਡੀ ਇਸ ਤਰ੍ਹਾਂ ਰੇਡ ਹੁੰਦੀ ਹੈ ਜਿਹੜੀ? ਜਿੱਥੇ ਵੀ ਸਾਨੂੰ ਪਤਾ ਲੱਗਦਾ ਹੈ ਕਿ ਕੋਈ ਡਰੱਗ ਪੈਡਲਰ ਆ, ਕੋਈ ਸਮੱਗਲਰ ਆ ਜਾਂ ਕੋਈ ਨਸ਼ਾ ਕਰਨ ਵਾਲਾ ਆ ਮਿਲਦਾ ਆ, ਅਸੀਂ ਉੱਥੇ ਪ੍ਰੋਪਰ ਰੇਡ ਕਰਕੇ ਜੇ ਰਿਕਵਰੀ ਹੁੰਦੀ ਆ ਤਾਂ ਅਸੀਂ ਜੋ ਵੀ ਕਾਨੂੰਨੀ ਕਾਰਵਾਈ ਕਰਦੇ ਹਾਂ। ਅਗਰ ਗੱਲ ਕੀਤੀ ਜਾਵੇ ਤਾਂ ਹੁਣ ਕੀ ਕੋਈ ਰਿਕਵਰੀ ਹੋਈ ਹੈ ਅਭੀ ਤੱਕ? ਹਾਂਜੀ, ਪਿਛਲੇ ਦਿਨ ਹੀ ਮੈਂ ਰਿਕਵਰੀ ਕੀਤੀ ਹੈ ਜੀ, 590 ਗੋਲੀਆਂ। ਹਾਂਜੀ, ਕਿਸ ਤਰ੍ਹਾਂ ਦੀ ਕਾਰਵਾਈ ਕਿਸ ਤਰ੍ਹਾਂ ਦੀ ਹੁੰਦੀ ਹੈ? ਜਿਹੜੀ ਸਾਡੀ ਪ੍ਰੋਪਰ ਕਾਨੂੰਨੀ ਕਾਰਵਾਈ ਰਹਿੰਦੀ ਹੈ ਜੀ NDPS ਐਕਟ ਤਹਿਤ, ਅਤੇ ਪਬਲਿਕ ਦਾ ਵੀ ਸਾਨੂੰ ਬਹੁਤ ਅੱਛਾ ਰਿਸਪੋਂਸ ਮਿਲ ਰਿਹਾ, ਕਿਉਂਕਿ ਪਬਲਿਕ ਨੂੰ ਹੁਣ ਇਹ ਲੱਗਦਾ ਆ ਵੀ ਅਸੀਂ ਜੇ ਪੁਲਿਸ ਨੂੰ ਇੰਟੀਮੇਟ ਕਰਾਂਗੇ, ਇਨਫੋਰਮੇਸ਼ਨ ਦੇਵਾਂਗੇ ਤਾਂ ਹੀ ਇਹ ਚੀਜ਼ ਖਤਮ ਹੋ ਸਕਦੀ ਹੈ। ਹਾਂਜੀ ਹਾਂਜੀ, ਗ੍ਰਿਫਤਾਰੀਆਂ ਕੀਤੀਆਂ ਜਾ ਰਹੀਆਂ। ਜੇ ਕੋਈ ਨਸ਼ਾ ਛੱਡਣਾ ਚਾਹੁੰਦਾ ਹੈ ਤਾਂ ਉਸ ਦੇ ਸੰਬੰਧ ਵਿੱਚ ਅਸੀਂ ਉਹਨਾਂ ਨੂੰ ਜਿਹੜਾ ਨਸ਼ਾ ਛਡਾਊ ਕੇਂਦਰਾਂ ਦੇ ਵਿੱਚ ਵੀ ਲੈ ਕੇ ਜਾ ਰਹੇ ਹਾਂ ਜੀ। ਦੇਖਿਆ ਗਿਆ ਤੁਸੀਂ ਪਿੰਡਾਂ ਦੇ ਵਿੱਚ ਜਾ ਰਹੇ ਹੋ ਕਿ ਲੋਕਾਂ ਦਾ ਸਹਿਯੋਗ ਵੀ ਮਿਲ ਰਿਹਾ ਤੁਹਾਨੂੰ? ਹਾਂਜੀ ਹਾਂਜੀ, ਲੋਕਾਂ ਦਾ ਬਹੁਤ ਸਹਿਯੋਗ ਮਿਲ ਰਿਹਾ ਆ। ਜਿਸ ਤਰ੍ਹਾਂ ਜਿੰਨੇ ਵੀ ਹੁਣ ਤੱਕ ਕਮਰਸ਼ੀਅਲ ਰਿਕਵਰੀਆਂ ਹੋਈਆਂ ਜੀ, ਉਹਦੇ ਵਿੱਚ ਅਸੀਂ ਕੋਸ਼ਿਸ਼ ਕਰ ਰਹੇ ਹਾਂ ਵੀ ਉਹਨਾਂ ਪਰਸਨ ਦੀ ਪ੍ਰੋਪਰਟੀ ਦਾ ਰਿਕਾਰਡ ਲੈ ਕੇ ਉਹਨੂੰ ਅਟੈਚ ਕੀਤਾ ਜਾਏ। ਉਮੀਦ ਜਿਹੜੀ ਹੈਗੀ ਹੈ ਪੰਜਾਬ ਵਾਸੀਆਂ ਤੋਂ ਕੀਤੀ ਜਾ ਸਕਦੀ ਹੈ, ਜੋ ਕਿ ਇਸ ਵਕਤ ਪੁਲਿਸ ਨਾਲ ਮੋਢੇ ਨਾਲ ਮੋਢਾ ਜੋੜ ਕੇ ਚੱਲ ਰਹੇ ਨੇ, ਅਤੇ ਗੁਪਤ ਤੌਰ 'ਤੇ ਵੀ ਜਿਹੜੀ ਸੂਚਨਾਵਾਂ ਨੇ ਉਹ ਪੁਲਿਸ ਨੂੰ ਦਿੱਤੀਆਂ ਜਾਂਦੀਆਂ ਨੇ, ਪਰ ਪੁਲਿਸ ਜਿਹੜੀ ਹੈਗੀ ਇਸ ਵਕਤ ਪੂਰੇ ਐਕਸ਼ਨ ਮੋਡ ਵਿੱਚ ਹੈ। ਤਾਂ ਸਿੱਧੇ ਤੌਰ 'ਤੇ ਹੁਣ ਜਿਹੜੇ ਨਸ਼ੇ ਦੇ ਤਸਕਰ ਨੇ ਉਹਨਾਂ ਦੇ ਲਈ ਔਖੀ ਕੜੀ ਹੈ, ਕਿਉਂਕਿ ਪੁਲਿਸ ਦੀ ਨਿਗਾਹ ਇਸ ਵਕਤ ਉਹਨਾਂ ਦੇ ਉੱਤੇ ਲਗਾਤਾਰ ਟਿਕੀ ਹੋਈ ਹੈ। ਫਰੀਦਕੋਟ ਤੋਂ ਕੈਮਰਾ ਪਰਸਨ ਮਨਪ੍ਰੀਤ ਸਿੰਘ ਚੱਜ ਦੇ ਨਾਲ, ਸੂਰਜ ਪ੍ਰਕਾਸ਼, ਦੈਨਿਕ ਸਵੇਰਾ TV।
ਪੰਜਾਬ ਸਰਕਾਰ ਵੱਲੋਂ ਅਕਸਰ NRI ਭਰਾਵਾਂ ਤੋਂ ਅਪੀਲ ਕੀਤੀ ਜਾਂਦੀ ਹੈ ਕਿ ਉਹ ਆਪਣੇ ਸੂਬੇ ਲਈ ਕੁਛ ਕਰਨ, ਖਾਸ ਕਰ ਜਿਸ ਹਲਕੇ 'ਚ ਉਹ ਰਹਿੰਦੇ ਨੇ ਉਸਦੇ ਲਈ ਕੁਛ ਕਰਨ। ਇਸੇ ਤਰ੍ਹਾਂ ਫਿਰੋਜ਼ਪੁਰ ਦੇ ਵਿੱਚ ਇੱਕ ਬੱਚਿਆਂ ਲਈ ਪਾਰਕ ਬੜਾ ਖੂਬਸੂਰਤ ਬਣਾਇਆ ਗਿਆ, ਜਿਹੜਾ NRI ਇੱਕ ਸਹਿਯੋਗੀ ਨੇ ਬਣਾਇਆ। NRI ਨੇ ਉਸ 'ਤੇ ਪੈਸੇ ਲਾਏ ਹੈ ਅਤੇ ਬੱਚਿਆਂ ਦੇ ਲਈ ਖੇਡਣ ਵਾਸਤੇ ਝੂਟੇ ਲੱਗੇ ਨੇ, ਹੋਰ ਬੜਾ ਖੂਬਸੂਰਤ ਇਹ ਪਾਰਕ ਬਣਾ ਦਿੱਤਾ ਗਿਆ, ਜਦਕਿ ਪਹਿਲਾਂ ਇਹਦੇ ਵਿੱਚ ਗੰਦਗੀ ਦੇ ਢੇਰ ਲੱਗੇ ਹੁੰਦੇ ਸੀ। ਅੱਜ ਦੀ ਭੱਜ ਦੌੜ ਦੀ ਜ਼ਿੰਦਗੀ ਵਿੱਚ ਜਿੱਥੇ ਇਨਸਾਨ ਪੈਸੇ ਮਗਰ ਜਿਹੜਾ ਭੱਜਦਾ ਦਿਖਾਈ ਦਿੰਦਾ, ਕਿਉਂਕਿ ਅੱਜ ਦੇ ਹਾਲਾਤਾਂ ਦੇ ਵਿੱਚ ਜਾਂ ਅੱਜ ਦੇ ਕਹਿ ਸਕਦੇ ਯੁੱਗ ਦੇ ਵਿੱਚ ਜ਼ਮੀਨਾਂ ਨੂੰ ਲੈ ਕੇ, ਪੈਸੇ ਨੂੰ ਲੈ ਕੇ ਖੂਨ ਦਾ ਪਿਆਸਾ ਹੁੰਦਾ ਦਿਖਾਈ ਦੇ ਰਿਹਾ। ਉੱਥੇ ਇੱਕ ਤੁਹਾਨੂੰ ਐਵੇਂ ਦੀਆਂ ਤਸਵੀਰਾਂ ਵਿਖਾਵਾਂਗੇ ਵੀ ਜਿੱਥੇ ਪਾਰਕ ਹੈ, ਜਿਸ ਸ਼ਖਸ ਹੈ ਜੋ NRI ਹੈਗਾ, ਉਹਨੇ ਆਪਣੇ ਕਰੋੜਾਂ ਰੁਪਏ ਦੇ ਲਾਗਤ ਦੇ ਨਾਲ ਇਸ ਪਾਰਕ ਨੂੰ ਜਿਹੜਾ ਤਿਆਰ ਕੀਤਾ, ਲੋਕਾਂ ਵਾਸਤੇ ਅਰਪਿਤ ਕੀਤਾ, ਤਾਂ ਜੋ ਬੱਚੇ ਜਿਹੜੇ ਵੱਡੇ ਹੈਗੇ ਇੱਥੇ ਆ ਕੇ ਆਪਣਾ ਵੀ ਕਹਿ ਸਕਦੇ ਆ ਬੱਚਿਆਂ ਨੂੰ ਖੇਡ ਕੂਦ ਜਾਂ ਝੂਟੇ ਜੇ ਵਗੈਰਾ ਜਾਂ ਜੋ ਵੀ ਮਤਲਬ ਕਿ ਇੱਥੇ ਇੰਤਜ਼ਾਮ ਇਹਨਾਂ ਨੇ ਕੀਤੇ ਆ, ਉਹ ਇੱਥੇ ਜਿਹੜੇ ਉਹ ਆਨੰਦ ਜਿਹੜਾ ਉਹ ਲੈ ਸਕਣ। ਕਿਉਂਕਿ ਦੂਸਰੇ ਪਾਰਕ ਦੇ ਵਿੱਚ ਜੇ ਦੇਖਿਆ ਜਾਵੇ ਤਾਂ ਟਿਕਟ ਹੁੰਦੀ ਹੈ, ਇੱਥੇ ਫਰੀ ਉਹ ਕੋਸਟ ਜਿਹੜੀ ਆ ਇੱਥੇ ਰੱਖਿਆ ਗਿਆ ਕਿ ਤਾਂ ਕਿ ਪਾਰਕ ਵਿੱਚ ਆ ਕੇ ਬੱਚੇ ਸਾਰਾ ਇੰਜੋਏ ਕਰਨ, ਆਪਣੇ ਝੂਟੇ ਲੈਣ, ਆਪਣੇ ਗੇਮਾਂ ਖੇਡਣ, ਆਪਣੇ ਪਾਰਕ ਦੇ ਵਿੱਚ ਕਹਿ ਸਕਦੇ ਹਾਂ ਵੀ ਕਿਸ ਤਰ੍ਹਾਂ ਦੇ ਜਿਹੜੇ ਇੰਤਜ਼ਾਮ ਹੈ ਤੁਹਾਨੂੰ ਦੇਖ ਰਹੇ ਵੀ ਬੈਠਣ ਦਾ ਇੰਤਜ਼ਾਮ ਵੀ ਜਿਹੜਾ ਕੀਤਾ ਹੋਇਆ ਵੀ ਜਦੋਂ ਬਜ਼ੁਰਗ ਜਾਂ ਕੋਈ ਆਉਂਦਾ ਜਾਂ ਮਾਂ ਪਿਓ ਕੋਈ ਨਾਲ ਆਉਂਦੇ ਆ ਉੱਥੇ ਬਹਿ ਕੇ ਜਿਹੜਾ ਵੀ ਇੱਥੇ ਪਾਰਕ ਦਾ ਆਨੰਦ ਲੈ ਸਕਦੇ ਆ। ਅਤੇ ਇਸ ਪਾਰਕ ਨੂੰ ਜਿਹੜਾ ਕੋਈ ਚਲਾ ਰਿਹਾ ਉਹ ਇੱਥੇ ਕਮੇਟੀ ਇੱਕ ਬਣੀ ਆ, ਇੱਕ NRI ਦੀ ਦੇਖ ਰੇਖ 'ਚ ਇੱਕ ਕਮੇਟੀ ਵੀ ਬਣੀ ਹੋਈ ਹੈ ਵੀ ਉਹ ਇੱਥੇ ਨੂੰ ਸੰਚਾਲਕ ਕਰਦੀ ਆ, ਉਹਨਾਂ ਨਾਲ ਅਸੀਂ ਗੱਲਬਾਤ ਕਰਦੇ ਹਾਂ ਵੀ ਆਪਣੇ ਮਤਲਬ ਕਿਸ ਤਰ੍ਹਾਂ ਜਿਹੜੀ ਆ ਇਸ ਪਾਰਕ ਨੂੰ ਜਿਹੜਾ ਚਲਾ ਰਿਹਾ ਅਤੇ ਆ ਕੇ ਲੋਕਾਂ ਦੇ ਵਿੱਚ ਜਿਹੜਾ ਲੋਕਾਂ ਨੂੰ ਅਰਪਿਤ ਕੀਤਾ, ਬੱਚਿਆਂ ਨੂੰ ਖਾਸ ਤੌਰ 'ਤੇ ਵੀ ਅਰਪਿਤ ਕੀਤਾ, ਕਿਉਂਕਿ ਉਹ ਆਪਣੇ ਹੋਲੀਡੇਜ਼ ਦੇ ਵਿੱਚ ਜਿਹੜਾ ਆਪਣੇ ਇੱਥੇ ਆ ਕੇ ਆਨੰਦ ਮਾਣ ਸਕਣ, ਤਾਂ ਕਿ ਉਹਨਾਂ ਦੇ ਜਿਹੜੇ ਮਾਂ ਪਿਓ ਦੇ ਪੈਸੇ ਵੀ ਜਿਹੜੇ ਆ ਖੀਜੇ ਵੀ ਜਿਹੜੇ ਹੈਗੇ ਆ ਉਹ ਹਲਕੇ ਨਾ ਹੋਣ। ਭਾਅ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਰ ਆਹ ਜਿਹੜਾ ਪਾਰਕ ਹੈਗਾ ਇਹ ਬਣਿਆ ਜਿਹੜਾ, ਅਤੇ ਇਹ ਮਤਲਬ ਕਿ ਕਿਸ ਤਰ੍ਹਾਂ ਮਤਲਬ ਤੁਸੀਂ ਇਹਨਾਂ ਨੂੰ ਦੇਖਦੇ ਹੋ ਅਤੇ ਜਿਵੇਂ ਆਮ ਲੋਕ ਜਿਹੜੇ ਆਉਂਦੇ ਆ ਬੱਚੇ ਵੀ ਆਉਂਦੇ ਆ, ਕਿਵੇਂ ਦੇ ਇੱਥੇ ਇੰਜੋਏ ਜਾਂ ਆਪਣਾ ਕਰ ਸਕਦੇ? ਇਹ NRI ਸ਼੍ਰੀ ਰਜਿੰਦਰ ਸ਼ਰਮਾ ਜੀ ਉਹਨਾਂ ਦੇ ਦਿਮਾਗ ਦੇ ਵਿੱਚ ਆਪਣੀ ਵਾਈਫ ਦੇ ਕੋਲੋਂ ਉਹਨਾਂ ਨੇ ਇਹ ਸਿੱਖਿਆ ਇੱਕ ਕਿਸਮ ਦੀ ਲਈ ਹੈ, ਪ੍ਰੇਰਿਤ ਉਹਨਾਂ ਨੇ ਕੀਤਾ ਕਿ ਮੈਂ ਇਹ ਚਾਹੁੰਦੀ ਹਾਂ ਕਿ ਵੀ ਅਗਰ ਇਹ ਜਿਹੜਾ ਗੰਦ ਮਚਿਆ ਆ ਇਸ ਗੰਦ ਨੂੰ ਦੂਰ ਕੀਤਾ ਜਾਵੇ ਔਰ ਇਸ ਫਿਰੋਜ਼ਪੁਰ ਛਾਉਣੀ ਨੂੰ ਇੰਨਾ ਖੂਬਸੂਰਤ ਬਣਾਇਆ ਜਾਵੇ ਕਿ ਜਿਸ ਦੀ ਮਿਸਾਲ ਕਾਇਮ ਹੋ ਜਾਵੇ, ਔਰ ਇਹ ਉਸੇ ਰਾਹ 'ਤੇ ਚੱਲ ਵੀ ਰਿਹਾ। ਔਰ ਇਹਦੇ ਵਿੱਚ ਸਾਡੀ ਇੱਕ ਕਮੇਟੀ ਉਹਨਾਂ ਨੇ ਬਣਾਈ ਜਿਹਨਾਂ ਦੇ ਵਿੱਚ ਸ਼੍ਰੀ ਗੁੱਗਨ ਜੀ, ਨੰਦ ਕਿਸ਼ੋਰ ਜੀ ਗੁੱਗਨ ਸਾਡੇ ਬੜੇ ਇੱਥੋਂ ਦੇ ਲੈਂਡਲੋਰਡ ਔਰ ਬੜਾ ਔਰ ਰਜਿੰਦਰ ਸ਼ਰਮਾ ਜੀ, ਅਤੇ ਉਹ ਉਹਨਾਂ ਨੇ ਉਹਨਾਂ ਦੀ ਵੇਖ ਦੇਖ ਦੇ ਵਿੱਚ ਹੀ ਉਹਨਾਂ ਨੇ ਆਖਿਆ ਕਿ ਵੀ ਮੇਰੀ ਮਦਦ ਇਸ ਤਰੀਕੇ ਨਾਲ ਕਰੋ ਕਿ ਸਾਰੇ ਇੱਥੋਂ ਦੇ ਜਿੰਨੇ ਵੀ ਵਸਨੀਕ ਨੇ ਨੇੜੇ ਤੇੜੇ ਜਿਹੜੇ ਵੀ ਰਹਿੰਦੇ ਨੇ ਇੱਥੇ ਖੁਸ਼ੀ ਖੁਸ਼ੀ ਆ ਕੇ ਆਪਣੇ ਜਿਹੜਾ ਪਾਰਕ ਬਣਾ ਰਿਹਾ ਉਸਦਾ ਆਨੰਦ ਲੈ। ਭਾਅ ਜੀ ਕਿੰਨੀ ਕੁ ਕਹਿ ਸਕਦੇ ਹਾਂ ਵੀ, ਕਿਉਂਕਿ ਤੁਸੀਂ ਇੱਥੇ ਕਿਹਾ ਵੀ ਗੰਦਗੀ ਮਚੀ ਹੋਈ ਸੀ, ਕਿੰਨੀ ਕੁ ਲਾਗਤ ਜਿਹੜੀ ਲੱਗੀ ਆ, ਜਿਹੜਾ ਉਹ ਪੈਸਾ ਹੈਗਾ ਉਹ ਲੋਕਾਂ ਕੋਲ ਇਕੱਠਾ ਕੀਤਾ ਗਿਆ ਜਾਂ ਮਤਲਬ ਕਿਵੇਂ ਕੀਤਾ ਗਿਆ? ਕਿਸੇ ਲੋਕਾਂ ਕੋਲੋਂ ਕੋਈ ਪੈਸਾ ਇਕੱਠਾ ਨਹੀਂ ਕੀਤਾ ਗਿਆ। ਸ਼੍ਰੀ ਰਜਿੰਦਰ ਸ਼ਰਮਾ ਜੀ ਬਹੁਤ ਹੀ ਨੇਕ ਇਨਸਾਨ ਹੈ ਔਰ ਅਸੀਂ ਤਾਂ ਕਹਿੰਦੇ ਹਾਂ ਕਿ ਇਹ ਰੱਬ ਦਾ ਇੱਕ ਭੇਜਿਆ ਹੋਇਆ ਦੂਤ ਹੈ। ਮੈਂ ਉਸਨੂੰ ਇਹ ਸੰਗਿਆ ਦਿਆਂਗੇ ਇੱਕ ਦੂਤ ਭੇਜਿਆ ਉਹਨਾਂ ਨੇ ਕਿ ਵੀ ਇਹ ਜਾ ਕੇ ਇਹ ਸਾਰੇ ਲੋਕਾਂ ਨੂੰ ਖੁਸ਼ ਰੱਖਣਾ ਹੈ, ਇੱਥੋਂ ਦੇ ਵਸਨੀਕ ਜਿਹੜੇ ਹੱਸਦੇ ਖੇਡਦੇ ਰਹਿਣ, ਕਹਿੰਦੇ ਮੈਂ ਵੀ ਆਨੰਦ ਮਾਣਦਾ ਔਰ ਸਾਰੇ ਇਸ ਚੀਜ਼ ਨੂੰ ਹਮੇਸ਼ਾ ਯਾਦ ਵੀ ਰੱਖਣ। ਇਹੋ ਜਿਹਾ ਕੰਮ ਉਹਨਾਂ ਨੇ ਕੰਟੋਨਮੈਂਟ ਬੋਰਡ ਦੇ ਕੋਲੋਂ ਮਨਜ਼ੂਰੀ ਲੈ ਕੇ
ਇਹ ਸਾਰਾ ਕੰਮ ਕਰਾਂ ਔਰ ਪਰਸਨਲੀ ਸਾਰਾ ਪੈਸਾ ਖਰਚ ਕਰ ਰਹੇ ਨੇ। ਕਰੀਬ ਕਰੀਬ 1 ਕਰੋੜ ਰੁਪਇਆ ਹੁਣ ਤੱਕ ਖਰਚ ਕਰ ਵੀ ਚੁੱਕੇ ਨੇ ਔਰ ਕਿਸੇ ਕੋਲੋਂ 1 ਪੈਸੇ ਦੀ ਇਮਦਾਦ ਨਹੀਂ ਲਈ ਹੈ। ਇੱਥੇ ਆਉਣ ਜਾਣ ਦੇ ਕਹਿੰਦੇ ਵੀ ਮਤਲਬ ਕਿ ਜਿਹੜੇ ਵੀ ਲੋਕ ਇੱਥੇ ਆਉਂਦੇ ਨੇ ਜਾਂਦੇ ਨੇ ਵਿਚਾਰੇ ਬੱਚੇ ਵੀ ਆਉਂਦੇ ਨੇ ਉਹ ਵੀ ਮਤਲਬ ਕਿ ਇੱਥੇ ਵੀ ਜਿਹੜਾ ਫ੍ਰੀ ਆਫ ਕੋਸਟ ਹੈ ਜਿਹੜਾ ਇੱਥੇ ਆ ਕੇ ਆਪਣਾ ਮਨੋਰੰਜਨ ਕਰ ਸਕਦੇ ਆ, ਕਿਉਂਕਿ ਅੱਜ ਦੇ ਟਾਈਮ ਦੇ ਵਿੱਚ ਕਹਿ ਸਕਦੇ ਜਿਹੜੇ ਵੀ ਪਾਰਕ 'ਚ ਤੁਸੀਂ ਜਾਓ ਉੱਥੇ ਪੈਸੇ ਜਿਹੜਾ ਜ਼ਰੂਰ ਲੱਗਦੇ ਆ ਝੂਲੇ ਲੈਣ ਵਾਸਤੇ, ਲੇਕਿਨ ਇੱਥੇ ਝੂਲਿਆਂ ਵਾਸਤੇ ਵੀ ਜਿਹੜੀ ਆ ਫ੍ਰੀ ਜਿਹੜੀ ਆ ਵਿਵਸਥਾ ਰੱਖੀ ਹੋਈ ਆ ਉਹ ਆਪਣੇ ਆਪ ਦੇ ਵਿੱਚ ਵੀ ਇੱਕ ਕਾਫੀ ਕਾਬਲੇ ਤਾਰੀਫ ਨਜ਼ਰ ਆ ਰਹੀ ਹੈ। ਸਾਡੇ ਨਾਲ ਹੋਰ ਵੀ ਮੈਂਬਰ ਮੌਜੂਦ ਨੇ ਕਮੇਟੀ ਦੇ, ਉਹਨਾਂ ਨਾਲ ਗੱਲਬਾਤ ਕਰਾਂਗੇ। ਨਮਸਕਾਰ ਭਾਅ ਜੀ, ਅੱਜ ਜਿਹੜਾ ਪਾਰਕ ਹੈ ਅਸੀਂ ਸੁਣਨ 'ਚ ਆਇਆ ਵੀ ਕਿੰਨਾ ਟਾਈਮ ਹੋ ਗਿਆ ਬਣੇ ਨੂੰ ਅਤੇ ਕਿਵੇਂ ਦੀ ਸਹੂਲਤਾਂ ਮਿਲਦੀਆਂ ਪਈਆਂ? ਇਹ ਅੰਦਾਜ਼ਾ ਜੀ 1.5-2 ਸਾਲ ਹੋ ਗਏ। ਇਹ ਜਿੱਥੇ ਉਜਾੜ ਹੁੰਦਾ ਸੀ ਢਿੰਗਰਾ ਪਾਰਕ ਨਾ ਜ਼ਰੂਰ ਹੈ, ਬਾਕੀ ਸੰਭਾਲਿਆ ਕਿਸੇ ਨੇ। ਇਹ ਆ ਕੇ ਰਜਿੰਦਰ ਸ਼ਰਮਾ ਜੀ ਨੋਰਵੇ ਤੋਂ ਆਏ ਨੇ, ਇਹਨਾਂ ਨੇ ਆਪਣੀ ਪਤਨੀ ਦੀ ਯਾਦ ਦੇ ਵਿੱਚ ਜਿਹਦੀ ਡੈਥ ਇੱਥੇ ਹੀ ਪਾਰਕ 'ਚ ਹੋਈ ਸੀ, ਉਹਦੀ ਇੱਕ ਇੱਛਾ ਸੀ ਵੀ ਇਹਨੂੰ ਸੁੰਦਰ ਬਣਾਇਆ ਜਾਏ। ਜਿੱਥੇ ਨਸ਼ੇੜੀ ਲੋਕ ਬੱਚੇ ਆਉਂਦੇ ਨੇ, ਇੱਥੇ ਟਿੱਕਿਆਂ ਨਾਲ ਭਰੇ ਹੁੰਦੇ ਸੀ, ਲੋਕ ਨਸ਼ਾ ਕਰਦੇ ਸੀ, ਇੱਥੇ ਆ ਕੇ ਠਿਕਾਣਾ ਬਣਾਇਆ ਸੀ ਉਹਨਾਂ ਨੇ। ਇਹਨਾਂ ਨੇ ਆ ਕੇ ਇਹਦੀ ਸਫਾਈ ਕਰਵਾਈ ਔਰ ਸਾਰਾ ਕੁਛ ਕੀਤਾ, ਪੈਸੇ ਪੱਲੋਂ ਲਾਏ, ਕਮੇਟੀ ਬਣਾਈ, ਜਿਹੜੇ ਕਿ ਆਸ ਪਾਸ ਬੰਦੇ ਰਹਿੰਦੇ ਨੇ ਸਾਰੇ ਦੀ ਕਮੇਟੀ, ਇੱਥੇ 15-20 ਬੰਦਿਆਂ ਦੀ ਕਮੇਟੀ ਬਣਾਈ ਇਹਨਾਂ ਨੇ, ਅਤੇ ਬੋਰਡ ਦੀ ਮਦਦ ਨਾਲ, ਬੋਰਡ ਦੇ CEO ਮੈਡਮ ਸੀ ਪਹਿਲੇ, ਉਹਨਾਂ ਨੇ ਵੀ ਮਦਦ ਕੀਤੀ, ਅਤੇ ਬਾਅਦ 'ਚ ਤ੍ਰਿਪਾਠੀ ਜੀ ਇਹਨਾਂ ਨੇ ਵੀ ਮਦਦ ਕੀਤੀ, ਅਤੇ ਉਹਨਾਂ ਦੀ ਮਦਦ ਨਾਲ ਹੀ ਸਾਰਾ ਕੰਮ ਕੀਤਾ, ਲੇਕਿਨ ਪੈਸਾ ਇਹਨਾਂ ਨੇ ਲਾਇਆ, ਪੈਸਾ ਸਾਰਾ ਇਹਨਾਂ ਨੇ ਹੀ ਲਾਇਆ। ਕਿਵੇਂ ਦੀ ਸਹੂਲਤਾਂ, ਜੇ ਬੱਚਿਆਂ ਦੀ ਗੱਲ ਕੀਤੀ ਜਾਵੇ ਕਿਵੇਂ ਦੀ ਸਹੂਲਤਾਂ, ਕਿਵੇਂ ਦਾ ਮਨੋਰੰਜਨ ਜਿਹੜਾ ਇੱਥੇ ਹੁੰਦਾ ਦਿਖਾਈ ਦਿੰਦਾ? ਮਨੋਰੰਜਨ ਜਿਹੜੇ ਵੀ ਆ ਰਹੇ, ਦੇਖੋ ਝੂਲੇ ਲੱਗੇ ਨੇ, ਕੋਈ ਇੱਥੇ ਫਿਰੋਜ਼ਪੁਰ ਡਿਸਟ੍ਰਿਕਟ 'ਚ ਉਹ ਜਿਹਾ ਪਾਰਕ ਨਹੀਂ ਜਿਹਨੇ ਇੰਨੇ ਜਿਹੜੇ ਪੁੱਤਰੇ ਲੱਗੇ ਨੇ ਔਰ ਝੂਲੇ ਲੱਗੇ ਨੇ। ਸਿਰਫ ਇੱਥੇ ਇੱਕੋ ਇੱਕ ਪਾਰਕ ਹੈ ਜਿੱਥੇ ਸਾਰੀ ਸੁਵਿਧਾ, ਸ਼ਾਮੀ ਇਹਨਾਂ ਨੇ ਜਲ ਦਾ, ਠੰਡੇ ਜਲ ਦਾ ਇੰਤਜ਼ਾਮ ਵੀ ਕੀਤਾ ਹੋਇਆ, ਸਵੇਰੇ ਜਿਹੜੇ ਸੈਰ ਕਰਾਉਂਦੇ ਬੰਦੇ ਉਹਨਾਂ ਵਾਸਤੇ ਚਾਹ ਦਾ ਇੰਤਜ਼ਾਮ ਹੈ, ਮੈਨੇ 'ਚ ਇੱਕ ਵਾਰੀ ਇਹਨਾਂ ਨੇ ਡਿਨਰ ਵੀ ਕਰਨਾ ਜਿਹੜੀ ਕਮੇਟੀ ਮੈਂਬਰ ਨੇ, ਸਾਰਾ ਕੁਛ ਇਹ ਹੀ ਕਰਦੇ। ਕੋਈ ਪੈਸਾ ਨਹੀਂ, ਕੋਈ ਵੀ ਆਵੇ ਜਾਵੇ? ਕੁਛ ਨਹੀਂ ਪੈਸਾ ਕੋਈ, ਇਹ ਸਾਰੇ ਆਪ ਹੀ ਆਪਣੇ ਵੱਲੋਂ ਲਾ। ਤੁਸੀਂ ਦੇਖ ਸਕਦੇ ਹੋ ਵੀ ਜਿਸ ਤਰ੍ਹਾਂ ਕਮੇਟੀ ਮੈਂਬਰਾਂ ਦਾ ਕਹਿਣਾ ਵੀ ਕਿਸ ਤਰ੍ਹਾਂ ਮਤਲਬ ਕਿ ਇੱਥੇ ਜਿਹੜੇ ਲੋਕ ਆ ਉਹ ਆਉਂਦੇ ਆ ਜਾਂਦੇ ਆ, ਆਪਣੇ ਖਰਚੇ ਤੋਂ ਸਾਰਾ ਇੰਤਜ਼ਾਮ ਜਿਹੜਾ ਕਰਦੇ ਆ, ਚਾਹੇ ਇੱਥੇ ਮਿੱਠੇ ਪਾਣੀ ਦੀ ਜ਼ਮੀਨ ਦੀ ਗੱਲ ਹੋਵੇ, ਉਹ ਵੀ ਤੁਹਾਨੂੰ ਤਸਵੀਰਾਂ ਵਿਖਾਉਂਦੇ ਆ ਵੀ ਜਿਵੇਂ ਕੋਈ ਇੱਥੇ ਲੋਕ ਆਉਂਦੇ ਆ, ਜਿੰਨਾ ਗਰਮੀ ਦਾ ਮੌਸਮ ਹੈ ਘਰੋਂ ਜੋ ਚੱਲ ਕੇ ਆਉਂਦਾ ਤਾਂ ਕਿਵੇਂ ਮਿੱਠੇ ਪਾਣੀ ਦੀ ਛਬੀਲ ਜਿਹੜੀ ਆ ਉਹ ਹਰ ਰੋਜ਼ ਜਿਹੜੀ ਆ ਉਹ ਲੱਗਦੀ ਆ, ਅਤੇ ਉਸ ਤੋਂ ਬਾਅਦ ਜਿਹੜੀ ਆ ਵੀ ਇੱਥੇ ਸਾਰੇ ਜਿਹੜੇ ਇੰਤਜ਼ਾਮ ਜਿਹੜੇ ਹੁੰਦੇ ਆ, ਅਸੀਂ ਇੱਥੇ ਲੋਕਾਂ ਨਾਲ ਵੀ ਗੱਲਬਾਤ ਕਰਾਂਗੇ, ਲੋਕ ਵੀ ਆਪਣੇ ਜਿਹੜੇ ਬੱਚੇ ਇੱਥੇ ਲੈ ਕੇ ਆਉਂਦੇ ਆ ਵੀ ਉਹ ਉਹਨਾਂ ਦੀ ਮਨ ਦੇ ਵਿੱਚ ਕੀ ਖਿਆਲ ਰਹਿੰਦਾ, ਕੀ ਸੋਚ ਰਹਿੰਦੀ ਆ, ਅਤੇ ਕਿਵੇਂ ਇੱਥੇ ਜਿਹੜਾ ਆ ਕੇ ਗੱਲ ਮਤਲਬ ਕਿ ਇੱਥੇ ਜਿਹੜਾ ਖੁਸ਼ਹਾਲੀ ਦਾ ਮੌਸਮ ਕਹਿ ਸਕਦੇ ਆ ਦਿਨਾਂ ਦੇ ਵਿੱਚ ਵੀ ਇਹ ਖੁਸ਼ਹਾਲ ਜਿਹੜਾ ਹੁੰਦੇ ਦਿਖਾਈ ਦਿੰਦੇ। ਸਤਿ ਸ਼੍ਰੀ ਅਕਾਲ ਭਾਅ ਜੀ, ਜਿਹੜਾ ਤੁਸੀਂ ਇੱਥੇ ਖੜ੍ਹੇ ਹੋ ਕਿਵੇਂ ਪਾਰਕ ਹੈ ਜਿਹੜਾ ਬਣਿਆ ਅਤੇ ਕੀ ਸਹੂਲਤਾਂ ਦਿੰਦਾ ਜੀ? ਬਹੁਤ ਇਹਨਾਂ ਨੇ ਇਹੋ ਜਿਹੇ ਬਰਾਬਰ ਦਾ ਕੋਈ ਬਣਿਆ ਨਹੀਂ ਹੈਗਾ, ਇੱਥੇ ਨੌਲੇਜ ਹੀ ਨੌਲੇਜ ਹੈਗੀ, ਇੱਥੇ ਤੁਹਾਡੇ ਐਂਟਰਟੇਨਮੈਂਟ ਦੀ ਐਂਟਰਟੇਨਮੈਂਟ ਹੈਗੀ ਹੈ, ਇੱਥੇ ਸਵੇਰੇ ਸ਼ਾਮ ਲੁੱਕਾ ਫਿਰ ਹੋ ਰਿਹਾ, ਪਾਣੀ ਦੀ ਕੋਈ ਪ੍ਰੋਬਲਮ ਨਹੀਂ, ਕਦੇ ਵਿੱਚ ਕੋਈ ਪ੍ਰੋਬਲਮ ਨਹੀਂ, ਅਤੇ ਮੈਂ ਤਾਂ ਸਮਝਦਾ ਕਿ ਬਹੁਤ ਹੀ ਵਧੀਆ ਇੱਕ ਉਪਰਾਲਾ ਹੈ ਜਿਹੜਾ ਬਹੁਤ ਪਹਿਲਾਂ ਹੋਣਾ ਚਾਹੀਦਾ ਸੀ ਪਰ ਹੁਣ ਸ਼ਰਮਾ ਜੀ ਕੀਤਾ ਕਿ ਉਹਦੇ ਨਾਲ। ਭਾਅ ਜੀ, ਇੱਥੇ ਮਤਲਬ ਕਿ ਜੇ ਪਾਰਕ 'ਚ ਜਾਈਏ ਬੱਚਿਆਂ ਦੀ ਫੀਸ ਵੀ ਲੱਗਦੀ ਹੈ, ਕਾਫੀ ਖਰਚਾ ਵੀ ਹੁੰਦਾ ਜਿਸ ਕਰਕੇ ਮਾਂ ਪਿਓ ਵਿਚਾਰੇ ਨਹੀਂ ਲੈ ਕੇ ਆਉਂਦੇ, ਮਤਲਬ ਹੁਣ ਇਸ ਪਾਰਕ ਦੇ ਵਿੱਚ ਕੀ ਹੈ ਸਹੂਲਤਾਂ? ਸਭ ਫ੍ਰੀ ਹੈਗਾ, ਵਧੀਆ ਵੀ ਹੈਗਾ, ਮੈਨੂੰ ਤਾਂ ਸਭ ਤੋਂ ਵਧੀਆ ਬੱਚਿਆਂ ਦਾ ਪ੍ਰੋਗਰਾਮ ਲੱਗਦਾ ਵੀ ਬੱਚੇ ਆਪਣਾ ਇੰਜੋਏ ਕਰਦੇ ਬਸ। ਜੀ, ਤੁਸੀਂ ਦੇਖ ਸਕਦੇ ਹੋ ਪੇਰੈਂਟਸ ਵੀ ਜਿਹੜੇ ਆ ਉਹ ਕਾਫੀ ਖੁਸ਼ ਨਜ਼ਰ ਆ ਰਹੇ ਆ, ਕਿਉਂਕਿ ਉਹਨਾਂ ਦਾ ਕਹਿਣਾ ਵੀ ਕਾਫੀ ਜਿਹੜੇ ਇੱਥੇ ਪੇਰੈਂਟਸ ਵੀ ਜਿਹੜੇ ਆਉਂਦੇ ਆ ਉਹ ਫ੍ਰੀ ਜਿਹੜਾ ਹੈਗਾ ਉਹ ਇੱਥੇ ਆ ਕੇ ਅਤੇ ਮਤਲਬ ਕਿ ਆਪਣੇ ਬੱਚਿਆਂ ਨੂੰ ਜਿਹੜਾ ਉਹ ਖੇਡਣ ਦਾ। ਬਰਸਾਤਾਂ ਸ਼ੁਰੂ ਹੋਣ ਵਾਲੀਆਂ ਨੇ ਅਤੇ ਇੱਕ ਵਾਰ ਫਿਰ ਲੁਧਿਆਣਾ ਦੇ ਗੰਦੇ ਨਾਲੇ ਯਾਨੀ ਬੁੱਢੇ ਨਾਲੇ ਜਿਹਨੂੰ ਬੁੱਢਾ ਨਾਲਾ ਕਿਹਾ ਜਾਂਦਾ ਉਹ ਉਸਦਾ ਮੁੱਦਾ ਫਿਰ ਤੋਂ ਉੱਠ ਗਿਆ। ਆਮ ਆਦਮੀ ਪਾਰਟੀ ਦੇ ਜਿਹੜੇ ਉਮੀਦਵਾਰ ਲੋਕ ਸਭਾ ਦੇ ਸਨ
ਅਸ਼ੋਕ ਪ੍ਰਾਸ਼ਰ ਪੱਪੀ ਉਹਨਾਂ ਨੇ ਇੱਕ ਵਾਰ ਫਿਰ ਤੋਂ ਕਿਹਾ ਕਿ ਗੰਦੇ ਨਾਲੀ ਦੀ ਸਫਾਈ ਬਹੁਤ ਜ਼ਰੂਰੀ ਹੈ ਕਿਉਂਕਿ ਜਦੋਂ ਵੀ ਮੀਂਹ ਬਰਸਾਤਾਂ ਸ਼ੁਰੂ ਹੁੰਦੀਆਂ ਨੇ ਤਾਂ ਹਲ ਤੋਂ ਸ਼ਹਿਰ ਦਾ ਬਚਾਅ ਇਹ ਨਾਲਾ ਹੀ ਕਰਦਾ। ਜੇ ਇਸ ਦੇ ਵਿੱਚ ਗੰਦਗੀ ਰਹੀ ਤਾਂ ਫਿਰ ਇਹ ਖਤਰਾ ਹੋ ਸਕਦਾ। ਦੇਖੋ ਪਹਿਲਾਂ ਜਿਹੜੇ ਸਮੇਂ ਦੀਆਂ ਉਸ ਤੋਂ ਜਦੋਂ ਪਿਛਲੇ ਸਾਲ ਉਹ ਪਾਣੀ ਆਇਆ ਪਹਿਲਾਂ ਉਹਦੇ ਉੱਤੇ ਕੋਈ ਨਾਲੇ ਦੇ ਉੱਤੇ ਨਾ ਤਾਂ ਕਿਸੇ ਨੇ ਚੈੱਕ ਕੀਤਾ ਸੀਗਾ ਪਹਿਲੇ ਦੀਆਂ ਸਰਕਾਰਾਂ ਨੇ ਨਾ ਪਹਿਲੇ ਦੇ ਇਲਾਕੇ ਦੇ ਨੁਮਾਇੰਦਿਆਂ ਨੇ। ਪਰ ਮੈਂ ਪਿਛਲੀ ਵਾਰ ਜਦੋਂ ਮੇਰੇ ਅੱਗੇ ਉਹ ਗੱਲਾਂ ਆਈਆਂ ਮੈਂ ਹੁਣ ਪਹਿਲਾਂ ਹੀ ਉਸ ਕੰਮ ਨੂੰ ਪਹਿਲ ਦੇ ਆਧਾਰ ਦੇ ਉੱਤੇ ਤਾਂ ਕਿ ਲੋਕਾਂ ਨੂੰ ਪਹਿਲਾਂ ਤਰ੍ਹਾਂ ਕੋਈ ਪ੍ਰੋਬਲਮ ਕੋਈ ਨੁਕਸਾਨ ਨਾ ਹੋਵੇ ਲੋਕਾਂ ਦਾ ਉਸੇ ਤਰ੍ਹਾਂ ਹੀ ਸਾਰੇ ਨਾਲੇ ਦੀ ਵਿਜਿਟ ਵੀ ਕੀਤੀ ਆ ਔਰ ਅਫਸਰ ਸਹਿਮਾਨਾਂ ਨੂੰ ਕਿਹਾ ਜੋ ਜ਼ਰੂਰਤ ਹੈ ਮੌਕੇ ਦੀ ਉਹ ਪੂਰੀ ਜ਼ਰੂਰਤ ਪਹਿਲਾਂ ਹੀ ਕੀਤੀ ਜਾਵੇ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਦੋਂ ਮੌਨਸੂਨ ਆਵੇ ਤਾਂ ਉਹਦੇ ਨਾਲ ਸਾਹਮਣਾ ਕਰਨ ਲਈ ਔਰ ਕੁਝ ਕਿਸੇ ਲੋਕਾਂ ਨੂੰ ਤਕਲੀਫ ਨਾ ਹੋਵੇ ਪਹਿਲਾਂ ਹੀ ਬੰਦੋਬਸਤ ਕੀਤਾ ਉੱਥੇ ਸਾਰਾ। ਸਰ ਵੱਡੀ ਸਮੱਸਿਆ ਬੁੱਢੇ ਦਰਿਆ ਦੀ ਕਿਉਂਕਿ ਸਿਰਫ ਤੁਹਾਡੇ ਇਲਾਕੇ ਦੇ ਵਿੱਚੋਂ ਜੇਕਰ ਪਾਣੀ ਅੱਗੇ ਵੀ ਰੁਕਦਾ ਤਾਂ ਵੀ ਤੁਹਾਡੇ ਇਲਾਕੇ ਦੇ ਵਿੱਚ ਬੈਕ ਫਲੋ ਮਾਰ ਜਾਂਦਾ ਕੀ ਅੱਗਿਓਂ ਵੀ ਸਫਾਈ ਦੀ? ਦੇਖੋ ਅੱਗਿਓਂ ਵੀ ਸਫਾਈ ਸਾਰੇ ਪਾਸੇ ਮੈਂ ਹੁਣ ਇੱਕ ਡਿਜ਼ਾਇਨ ਬਣਾਇਆ ਉਹਨੂੰ ਸਮਾਂ ਲੱਗੂਗਾ ਪਰ 5-4 ਮਹੀਨੇ ਦੇ ਅੰਦਰ ਅੰਦਰ ਇਹਦੇ ਨਾਲ ਸ਼ਟਰਿੰਗ ਕਰਕੇ ਬਕਾਇਦਾ ਜਿਹੜਾ ਵਾ ਉਸ ਨਾਲੇ ਦੇ ਅੰਦਰ ਜਿਹੜਾ ਬੈਕ ਮਾਰਦਾ ਪਾਣੀ ਆ ਉਹ ਇੱਕ ਬੂੰਦ ਵੀ ਬੈਕ ਨਹੀਂ ਆਊਗੀ ਸਾਰਾ ਓਵਰ ਉੱਪਰ ਦੀ ਟਿਊਬਵੈੱਲ ਲਾ ਕੇ ਬਾਹਰ ਨਾਲੇ ਦੇ ਵਿੱਚ ਕੱਢਾਂਗੇ ਔਰ ਇੱਕ ਲੋਕਾਂ ਨੂੰ ਖਾਸ ਕਰਕੇ ਲੋਕਾਂ ਨੂੰ ਕੋਈ ਦਿੱਕਤ ਨਾ ਆਵੇ ਉਹਦਾ ਪਹਿਲਾਂ ਬੰਦੋਬਸਤ ਕਰਨਾ ਉਹ ਪਹਿਲਾਂ ਬੰਦੋਬਸਤ ਹੋ ਰਿਹਾ ਔਰ ਅਸੀਂ ਕਰ ਰਹੇ ਹਾਂ। ਮੇਰਾ ਨਾਮ ਲਾਲ ਸਿੰਘ ਸਿੱਧੂ ਆ ਵੀਰ ਜੀ। ਕਿੱਥੋਂ ਦੇ ਰਹਿਣ ਵਾਲੇ? ਮੇਰਾ ਕਿਰਪਾਲ ਨਗਰ ਏਰੀਆ ਵੀਰ ਜੀ ਬੁੱਢੇ ਦਰਿਆ ਦੇ ਬਿਲਕੁਲ ਨਾਲ ਰਹਿੰਦੇ ਹਾਂ ਅਸੀਂ। ਅੱਛਾ ਸਰ ਪਿਛਲੀ ਵਾਰ ਜਦੋਂ ਹੜ੍ਹ ਆਏ ਸੀ ਕਿਸ ਤਰ੍ਹਾਂ ਦੇ ਹਾਲਾਤ? ਹਾਲਾਤ ਬੇਹੱਦ ਬਹੁਤ ਬੁਰੇ ਹਾਲਾਤ ਸੀਗੇ ਲੁਧਿਆਣੇ ਸ਼ਹਿਰ ਦੇ ਹਾਲਾਤ ਤੁਸੀਂ ਵੀ ਅਣਜਾਣ ਨਹੀਂ ਬਹੁਤ ਮਾੜੇ ਹਾਲ ਸੀਗੇ ਕਿਉਂਕਿ ਨਿਕੰਬੀ ਸਰਕਾਰ ਆ ਕੰਮ ਕੁਝ ਕੀਤਾ ਨਹੀਂਗਾ ਹੁਣ ਵੀ ਜਿੰਨੇ ਵੀ ਸਾਡੇ ਅਫਸਰ ਆ ਲੀਪਾ ਪੋਤੀ ਕਰਦੇ ਪਏ ਨੇ ਕੰਮ ਕੋਈ ਨਹੀਂ ਕਰਦੇ ਪਏ ਕਿਉਂਕਿ ਦਿਨ ਆ ਗਏ ਫਿਰ ਬਰਸਾਤਾਂ ਦੇ ਅੱਜ ਨਹੀਂ 10 ਦਿਨ ਨੂੰ ਬਰਸਾਤਾਂ ਸ਼ੁਰੂ ਹੋ ਜਾਣੀਆਂ ਨੇ ਫਿਰ ਉਹੀ ਗੱਲ ਜੋ ਪਿਛਲੇ ਸਾਲ ਹੋਈ ਸੀ ਸਾਨੂੰ ਅੰਦੇਸ਼ਾ ਵਾ ਪਿਛਲੀ ਵਾਰ ਵੀ ਕਿਸੇ ਵੀ ਵਪਾਰੀ ਵਰਗ ਨੂੰ ਜਾਂ ਆਮ ਜਨਤਾ ਨੂੰ ਕੋਈ ਬੈਨੀਫਿਟ ਨਹੀਂ ਦਿੱਤਾ ਫਿਰ ਇਹੀ ਹਾਲ ਹੋਣਗੇ। ਸਰ ਪਿਛਲੀ ਵਾਰੀ ਕਿੰਨੇ ਕੁ ਮਾੜੇ ਹਾਲਾਤ ਨੇ ਕੀ ਘਰਾਂ 'ਚ ਪਾਣੀ ਵੜ ਗਿਆ? ਘਰਾਂ 'ਚ ਪਾਣੀ ਵੜ ਗਿਆ ਘਰਾਂ ਦੇ ਵਿੱਚ ਪਾਣੀ ਮਤਲਬ ਲੈਟਰਿੰਗ ਬਾਥਰੂਮ ਜਾਣ ਤੋਂ ਵੀ ਲੋਕ ਪਰੇਸ਼ਾਨ ਹੋਏ ਨੇ ਹਰਚਰਨਾ ਏਰੀਆ ਰਣਜੀਤ ਸਿੰਘ ਪਾਰਕ ਏਰੀਆ ਮਤਲਬ ਕਦੀ ਸੋਚਿਆ ਨਹੀਂ ਸੀ ਵੀ ਉੱਥੇ ਤੱਕ ਵੀ ਪਾਣੀ ਜਾਊਗਾ ਉਹਨਾਂ ਦੇ ਘਰਾਂ 'ਚ ਵੀ ਪਾਣੀ ਵੜਿਆ ਔਰ ਲੋਕਾਂ ਨੇ 200-200 ਰੁਪਏ ਦੀ ਬੋਰੀ ਲੈ ਕੇ ਆਪਣੇ ਘਰ ਦੇ ਅੱਗੇ ਲਾਈ ਸੀ। ਅੱਛਾ ਸਰ ਜਿਨ੍ਹਾਂ ਦੇ ਘਰਾਂ 'ਚ ਪਾਣੀ ਬਣਿਆ ਜਾਂ ਜਿਨ੍ਹਾਂ ਦੇ ਨੁਕਸਾਨ ਹੋਏ ਕੋਈ ਪ੍ਰਸ਼ਾਸਨ ਵੱਲੋਂ ਉਹਨਾਂ ਦੀ ਸਾਰ ਲਿਖੀ? ਕੋਈ ਸਾਰ ਨਹੀਂ ਲਈ ਕਿਸੇ ਨੇ ਕੋਈ ਪੁੱਛਗਿੱਛ ਨਹੀਂ ਕੀਤੀ ਥੋੜ੍ਹੀਆਂ ਜਿਹੀਆਂ ਵੀਡੀਓਜ਼ ਬਣੀਆਂ ਨੇ ਉਹ ਤੁਹਾਨੂੰ ਵੀ ਪਤਾ ਕਿੱਦਾਂ ਬਣੀਆਂ ਨੇ ਵੀ ਨਹੀਂ ਪ੍ਰਸ਼ਾਸਨ ਕੰਮ ਕਰ ਰਿਹਾ ਵਾ ਜੇ ਪ੍ਰਸ਼ਾਸਨ ਨੇ ਕੰਮ ਕਰਨਾ ਵਾ ਜਿਹੜੀ ਕੁੰਭਕਰਨ ਦੀ ਨੀਂਦ ਸੁੱਤੇ ਪਏ ਨੇ ਉਹ ਅੱਜ ਤੋਂ ਹੀ ਜਾਗਣ ਅਜੇ ਵੀ 15 ਦਿਨ ਦਾ ਟਾਈਮ ਪਿਆ ਉਹਦੇ ਦਰਮਿਆਨ ਦਰਿਆ ਦੀ ਸਫਾਈ ਕਰਾ ਦੇਣ ਚੱਜ ਨਾਲ ਤਾਂ ਆਮ ਜਨਤਾ ਲੁਧਿਆਣੇ ਦੀ ਜਨਤਾ ਬਚ ਸਕਦੀ ਹੈ ਜੀ। ਲੱਗਦਾ ਕਿ ਜਿੱਥੇ ਲੋਕ ਜਿਹੜੇ ਨੇ ਮੀਂਹ ਲਈ ਦੁਆ ਕਰ ਰਹੇ ਨੇ ਤਾਂ ਜਿਹੜੇ ਤੁਹਾਡੇ ਏਰੀਏ ਨੇ ਉਹ ਹੀ ਕਹਿੰਦੇ ਹੋਣਗੇ ਵੀ ਮੀਂਹ ਘੱਟ ਪਵੇ? ਦੇਖੋ ਜੀ ਮਜਬੂਰੀ ਹੈ ਸਾਡੀ ਤਾਂ ਕਿਉਂਕਿ ਸਾਡਾ ਏਰੀਆ ਸਾਡੀ ਕੱਪੜਾ ਮਾਰਕੀਟ ਲੈ ਲਓ ਕਿਸੇ ਦੇ 10 ਥਾਨ ਵੀ ਗਿੱਲੇ ਹੋ ਗਏ ਸਾਡਾ 2 ਲੱਖ ਦਾ ਨੁਕਸਾਨ ਹੋ ਜਾਣਾ ਵਾ ਅਸੀਂ ਕਿੱਥੇ ਜਾਵਾਂਗੇ? ਅਸੀਂ ਪ੍ਰਸ਼ਾਸਨ ਤੋਂ ਮੰਗ ਕਰਦੇ ਹਾਂ ਇਸ ਨੂੰ ਦੇਖਦੇ ਹੋਏ ਜਲਦੀ ਤੋਂ ਜਲਦੀ ਆ ਜਿਹੜਾ ਨਾਲੇ ਦੀ ਸਫਾਈ ਹੈ ਕਰਾਈ ਜਾਵੇ ਤਾਂ ਜੋ ਆ ਜਿਹੜੇ ਲੋਕਲ ਬੰਦ ਓਵਰਫਲੋ ਇਹ ਵੀ ਬੰਦ ਕੀਤੇ ਜਾਣ ਤਾਂ ਜੋ ਸਾਡਾ ਏਰੀਆ ਬਚ ਸਕੇ। ਮੈਂ ਹਰਵੀਰ ਸਿੰਘ ਢੀਂਡਸਾ ਸੂਬਾ ਪ੍ਰਧਾਨ ਦੀ ਰੈਵਨਿਊ ਪਟਵਾਰ ਯੂਨੀਅਨ ਪੰਜਾਬ ਇਸ ਕਰਕੇ ਸਰਕਾਰ ਨੂੰ ਬੇਨਤੀ ਹੈ ਕਿ ਮਾਲ ਮਹਿਕਮੇ ਵੱਲ ਰੀੜ੍ਹ ਦੀ ਹੱਡੀ ਆ ਮਹਿਕਮਾ ਇਹ ਮੂਹਰੇ ਹੁਣ ਹੜ੍ਹਾਂ ਦਾ ਵੀ ਦੇਖੋ ਸਮਾਂ ਆ ਰਿਹਾ ਹੜ੍ਹਾਂ ਨਾਲ ਨਜਿੱਠਣ ਵਾਸਤੇ ਕੋਈ ਸਾਨੂੰ ਕੋਈ ਟ੍ਰੇਨਿੰਗ ਨਹੀਂ ਹੈਗੀ ਜਦੋਂ ਹੜ੍ਹ ਆ ਜਾਣਗੇ ਫਿਰ ਉੱਥੇ ਰਾਸ਼ਨ ਵੰਡਣ ਵਾਸਤੇ ਪਟਵਾਰੀਆਂ ਨੂੰ ਧੱਕ ਦੇਣਗੇ ਕੋਈ ਟ੍ਰੇਨਿੰਗ ਨਹੀਂ ਕੋਈ ਉੱਥੇ ਮਤਲਬ ਕਿਸ਼ਤੀਆਂ ਦਾ ਜਾਂ ਕਿਸੇ ਤਰੀਕੇ ਦਾ ਕੋਈ ਕੋਈ ਉਹ ਨਹੀਂ ਪ੍ਰਬੰਧ ਨਹੀਂ ਅਤੇ ਹਵਾ ਦੇ ਵਿੱਚ ਕਹੀ ਜਾਂਦੇ ਨੇ ਵੀ ਹਾਂਜੀ
ਰਜਵਾਹੇ ਸਾਫ਼ ਹੋ ਗਏ, ਡਰੇਨਾਂ ਸਾਫ਼ ਹੋ ਗਈਆਂ, ਕੋਈ ਸਫਾਈ ਨਹੀਂ। ਘੱਗਰ ਦਰਿਆ ਦਾ ਵੀ ਹਾਲ ਉਹੀ ਆ, ਅਤੇ ਜਿਹੜਾ ਮਾਝੇ ਦੇ ਵਿੱਚ ਆਪਣੇ ਦੁਆਬੇ ਦੇ ਵਿੱਚ ਮਾਰ ਹੋਈ ਆ ਪਿਛਲੀ ਵਾਰ, ਉੱਥੇ ਵੀ ਕੋਈ ਇੰਤਜ਼ਾਮ ਨਹੀਂ ਹੈਗਾ। ਵੀ ਗਰਾਊਂਡ 'ਤੇ ਤਾਂ ਕੋਈ ਇੰਤਜ਼ਾਮ ਹੈ ਹੀ ਨਹੀਂ ਜੀ। ਦੇਖੋ ਵੀ ਜੇ ਹੁਣ ਗਰਾਊਂਡ 'ਤੇ ਤੁਸੀਂ ਨਹੀਂ ਜਾਓਗੇ ਫਿਰ ਕਿਵੇਂ ਹੱਲ ਹੋਣਗੇ? ਇਸ ਕਰਕੇ ਬੇਨਤੀ ਆ ਕਿ ਮੂਹਰੇ ਜਿਹੜਾ ਹੜ੍ਹਾਂ ਦਾ ਸੀਜ਼ਨ ਆ ਸਾਡਾ, ਮਹਿਕਮਾ ਮਾਲ ਅਤੇ ਮੁੜ ਵਸਾਬੂ ਅਤੇ ਆਫਤਨ ਪ੍ਰਬੰਧਨ, ਸਾਡੇ ਮਹਿਕਮੇ ਦੀਆਂ ਖਾਸ ਕਰਕੇ ਸਮੱਸਿਆਵਾਂ ਨੇ ਹੱਲ ਕਰੋ, ਅਤੇ ਆਪਾਂ ਪਬਲਿਕ ਨੂੰ ਤਾਂ ਕਰਕੇ ਸਹੂਲਤ ਦੇ ਸਕਦੇ। ਉੱਤਰ ਭਾਰਤ ਦੇ ਨਾਲ ਨਾਲ ਪੰਜਾਬ ਦੇ ਵਿੱਚ ਵੀ ਅੱਤ ਦੀ ਗਰਮੀ ਪੈ ਰਹੀ ਹੈ, ਲੇਕਿਨ ਹੁਣ ਰਾਹਤ ਵਾਲੀ ਗੱਲ ਇਹ ਹੈ ਕਿ 27 ਜੂਨ ਤੋਂ ਮੌਨਸੂਨ ਦੀ ਆਮਦ ਦੀ ਸੰਭਾਵਨਾ ਜਤਾਈ ਜਾ ਰਹੀ ਹੈ। ਹਾਲਾਂਕਿ ਦਿੱਲੀ ਦੇ ਕੁਝ ਇਲਾਕਿਆਂ 'ਚ ਅਤੇ ਹਰਿਆਣਾ ਦੇ ਕੁਝ ਇਲਾਕਿਆਂ 'ਚ ਅੱਜ ਬਾਰਿਸ਼ ਪਈ ਹੈ, ਔਰ ਜਿਸ ਨਾਲ ਤਾਪਮਾਨ ਦੇ ਵਿੱਚ ਕੁਝ ਗਿਰਾਵਟ ਆਈ ਹੈ। ਲੇਕਿਨ ਜੇ 2 ਦਿਨ ਬਾਅਦ ਯਾਨੀ 27 ਜੂਨ ਤੋਂ ਮੌਨਸੂਨ ਪੰਜਾਬ ਦੇ ਵਿੱਚ ਆ ਜਾਂਦਾ ਹੈ ਤਾਂ ਗਰਮੀ ਤੋਂ ਕਾਫ਼ੀ ਰਾਹਤ ਮਿਲ ਸਕਦੀ ਹੈ। ਪੰਜਾਬ ਦਿਨ ਭਰ ਦੇ ਵਿੱਚ ਅੱਜ ਇੰਨਾ ਹੀ, ਕੱਲ੍ਹ ਫਿਰ ਕੁਝ ਨਵੀਆਂ ਖਬਰਾਂ ਅਤੇ ਵੱਡੀਆਂ ਖਬਰਾਂ ਨਾਲ ਹਾਜ਼ਰ ਹੋਵਾਂਗੇ। ਤੁਸੀਂ ਦੇਖਦੇ ਰਹੋ ਦੈਨਿਕ ਸਵੇਰਾ TV। देश दुनिया की हर खबर सबसे पहले देखने के लिए फॉलो करें दैनिक सवेरा TV, यूट्यूब, फेसबुक, इंस्टाग्राम, एक्स और व्हाट्सएप चैनल पर।